ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਆਪਣੀ ਸੀਰੀਜ਼ ਦੇ ਅੰਦਰੋਂ ਕਿ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਿਊਜ਼ਿਕ ਪ੍ਰੋਡਕਸ਼ਨ ਕਿੱਦਾਂ ਸਿੱਖ ਸਕਦੇ ਹਾਂ, ਜਿਹਦੇ ਅੰਦਰ ਆਪਾਂ ਪਹਿਲੇ 4 ਲੈਕਚਰ ਅਤੇ ਚੌਥੇ ਲੈਕਚਰ ਦੇ 2 ਪਾਰਟ ਆਊਟ ਕਰ ਚੁੱਕੇ ਹਾਂ। ਜਿਹਨੇ ਹਜੇ ਤੱਕ ਉਹ ਨਹੀਂ ਵੇਖੇ ਪਲੀਜ਼ ਜਾ ਕੇ ਜ਼ਰੂਰ ਵੇਖਿਓ, ਕਿਉਂਕਿ ਉੱਥੇ ਆਪਾਂ ਬੇਸਿਕ ਤੋਂ ਸ਼ੁਰੂ ਕਰਕੇ ਆਹ ਬਟਨਸ ਵਗੈਰਾ, ਪਿਆਨੋ ਰੋਲ, ਪਲੇਲਿਸਟ ਹੈ ਨਾ, ਚੈਨਲ ਰੈਕ, ਇਹ ਸਾਰਾ ਕੁਝ ਐਕਸਪਲੇਨ ਕਰਤਾ ਹੋਇਆ ਕਿ ਇਹਦੇ ਅੰਦਰ ਬੀਟਸ, ਮੈਲੋਡੀਜ਼ ਕਿਵੇਂ ਬਣਦੀਆਂ ਆ, ਕਿਵੇਂ ਬਣਦੀਆਂ, ਜਸਟ ਇੰਨਾ ਐਕਸਪਲੇਨ ਕੀਤਾ, ਬਣਾਉਣੀਆਂ ਕਿਵੇਂ ਆ ਇਹ ਨਹੀਂ ਹਜੇ ਕੀਤਾ, ਠੀਕ ਹੈ। ਸੋ ਇਹਦੇ ਅੰਦਰ ਕਨਫਿਊਜ਼ ਨਹੀਂ ਹੋਣਾ, ਹੁਣ ਤੱਕ ਜਿੰਨਾ ਸਿਖਾਇਆ ਗਿਆ ਆ ਉਹ ਪਲੀਜ਼ ਵਿੱਚ ਜਾ ਕੇ ਜ਼ਰੂਰ ਸਿੱਖਿਓ। ਅਤੇ ਹੁਣ ਆਪਾਂ ਆਪਣਾ ਅਗਲਾ ਟੋਪਿਕ ਆਉਂਦਾ ਆ ਟੈਂਪੋ। ਟੈਂਪੋ ਮਤਲਬ BPM, BPM ਮਤਲਬ ਬੀਟਸ ਪਰ ਮਿਨਟ। ਸੋ ਠੀਕ ਹੈ ਜੀ, ਆਓ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੇ ਨਾਲ, ਬਣੇ ਰਹੋ, ਚੈਨਲ ਨੂੰ ਕਰ ਦਿਉ ਸਬਸਕ੍ਰਾਈਬ, ਲਾਈਕ ਕਰ ਦਿਉ, ਵੀਡੀਓ ਨੂੰ ਸ਼ੇਅਰ ਕਰ ਦਿਉ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਆਪਾਂ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਸੈਂਪਲ ਆ, ਠੀਕ ਹੈ, ਇਹਦੇ ਉੱਤੇ ਲਿਖਿਆ ਹੋਇਆ 152 ਡੀ ਮਾਈਨਰ ਪ੍ਰੋਕਸੀਮਿਟੀ, ਠੀਕ ਹੈ। ਇੱਥੇ ਬੇਸਿਕਲੀ ਤੁਹਾਡੇ ਕੋਲ ਡਿਫੋਲਟ ਆਉਂਦਾ ਹੁੰਦਾ ਆ 130 BPM। ਜੇ ਆਪਾਂ ਇਹਦੇ ਉੱਤੋਂ ਵੀ ਇਹਨੂੰ ਰੀਨੇਮ ਕਰਕੇ ਹਟਾ ਦਈਏ, ਆਪਾਂ ਇਹਦਾ ਇੱਥੋਂ BPM ਕੱਟ ਦਿੰਦੇ ਹਾਂ। ਸੋ ਆਪਾਂ ਨੂੰ ਨਹੀਂ ਪਤਾ ਇਹ ਕਿੰਨੇ BPM 'ਤੇ ਆ, ਇੱਕ ਵਾਰੀ ਸੁਣਦੇ ਹਾਂ ਇਹਨੂੰ ਆਪਾਂ। ਠੀਕ ਹੈ ਜੀ, ਇਹਨੂੰ ਆਪਾਂ ਸੁਣ ਲਿਆ। ਹੁਣ ਆਪਾਂ ਇਹਨੂੰ ਆਪਣੇ ਕਿਸੇ ਗਾਣੇ ਦੇ ਅੰਦਰ ਪਾਉਣਾ ਆ, ਜਾਂ ਆਪਾਂ ਇਹਦੀ ਕੋਈ ਸਪੀਡ ਸਿਲੈਕਟ ਕਰਨੀ ਆ, ਆਪਾਂ ਕੋਈ ਗਾਣਾ ਬਣਾਉਣਾ ਆ, ਰਾਈਟ, ਉਹਦੇ ਅੰਦਰ ਆਪਾਂ ਕੀ ਕਰਾਂਗੇ। ਹੁਣ ਆਪਣਾ ਕੋਲ ਦੇਖ ਰਿਹਾ ਟੈਂ 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 ਟੈਂ, ਹੈ ਨਾ, ਆਪਣੇ ਕੋਲ 4 ਸਟੈਪ 'ਤੇ ਇੱਕ ਮੈਲੋਡੀ ਚੱਲ ਰਹੀ ਆ, ਆਪਾਂ ਇਹਦੀ ਸਪੀਡ ਮੈਂਟੇਨ ਆ, ਆਪਾਂ ਇਹਨੂੰ ਲੱਭਣਾ ਆ, ਸਪੀਡ ਫਾਇੰਡ ਕਰਨੀ ਆ, ਬੀਟਸ ਪਰ ਮਿਨਟ ਕਿੰਨੀਆਂ ਨੇ, ਕਿ 1 ਮਿੰਟ ਦੇ ਅੰਦਰ ਕਿੰਨੀਆਂ ਬੀਟਸ ਚੱਲਣਗੀਆਂ, ਉਹਨੂੰ BPM ਕਹਿੰਦੇ ਆ। ਜੇ ਇੱਥੇ 130 ਆ, ਠੀਕ ਹੈ, ਤਾਂ 1 ਮਿੰਟ ਦੇ ਅੰਦਰ 130 ਬੀਟਸ ਚੱਲਣਗੀਆਂ, ਠੀਕ ਹੈ। ਜੇ ਇੱਥੇ ਤੁਸੀਂ ਕਰ ਦੋਗੇ 80, 1 ਮਿੰਟ ਦੇ ਅੰਦਰ 80 ਬੀਟਸ ਚੱਲਣਗੀਆਂ। ਹੁਣ ਜਿਵੇਂ ਆਪਾਂ ਫੋਰ ਐਗਜ਼ਾਮਪਲ ਇਹਦਾ ਦੇਖਿਆ ਸੀ 152 BPM ਸੀਗਾ, ਉੱਪਰ ਵੀ 152 ਮੈਂ ਲਾਇਆ ਹੋਇਆ ਸੀ ਪ੍ਰੋਜੈਕਟ ਦੇ ਅੰਦਰ, ਠੀਕ ਹੈ। ਇਹਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਟੈਪ, ਠੀਕ ਹੈ, ਨਾਲ ਆਪਾਂ ਇੱਥੋਂ ਸਪੇਸ ਦੱਬ ਕੇ ਪਲੇਅ ਕਰਾਂਗੇ। ਜਿਹੜੇ ਮੇਰੇ ਵੀਰ ਕੋਲ ਮਿਡੀ ਕੀਬੋਰਡ ਨਹੀਂ ਹੈਗਾ, ਉਹ ਇੱਥੇ ਆਈਕਨ ਬਣਿਆ ਹੋਇਆ ਆ ਕੀਬੋਰਡ ਟੂ ਪਿਆਨੋ ਰੋਲ, ਠੀਕ ਹੈ, ਜਾਂ ਪਿਆਨੋ ਬਣਿਆ ਹੋਇਆ ਪਿਆਨੋ ਰੋਲ ਨਹੀਂ, ਬੇਸਿਕਲੀ ਇਹਨੂੰ ਕਲਿੱਕ ਕਰਕੇ ਤੁਸੀਂ ਆਪਣੇ ਕੀਬੋਰਡ ਨੂੰ ਹੀ ਇੱਕ ਕੀਬੋਰਡ ਮਤਲਬ ਮਿਡੀ ਕੀਬੋਰਡ ਦੇ ਅੰਦਰ ਕਨਵਰਟ ਕਰ ਸਕਦੇ ਹੋ। ਸੋ ਇਹ ਆਪਾਂ ਕਰਨਾ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਦਾ, ਫਿਰ ਇਹ ਹੁੰਦਾ ਕਿਵੇਂ ਆ ਉਹ ਐਕਸਪਲੇਨ ਕਰੂੰਗਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਰਨਾ ਕਿਵੇਂ ਆ। ਜਿੱਦਾਂ ਹੀ ਇਹ ਪਲੇਅ ਹੋਊਗਾ, ਜਿਵੇਂ ਆਪਾਂ ਚੁਟਕੀ ਮਾਰਦੇ ਹਾਂ ਐਵੇਂ, ਠੀਕ ਹੈ, ਉਸੇ ਤਰ੍ਹਾਂ ਹੀ ਮੈਂ ਚੁਟਕੀ ਦੀ ਜਗ੍ਹਾ ਆਪਣੀ ਉਂਗਲ ਕਿਸੇ ਵੀ ਪਿਆਨੋ ਦੀ ਮਤਲਬ ਆਪਣੇ ਕੀਬੋਰਡ ਦੀ ਕੀ ਦੇ ਉੱਤੇ ਪ੍ਰੈਸ ਕਰੂੰਗਾ। ਫੋਰ ਐਗਜ਼ਾਮਪਲ ਇੱਥੇ ਮੈਂ M ਦੇ ਉੱਤੇ ਪ੍ਰੈਸ ਕਰੂੰਗਾ। ਸੋ ਦੇਖਦੇ ਹਾਂ ਆਪਾਂ ਕੀ ਬਣਦਾ ਆ। ਸੋ ਤੁਸੀਂ ਦੇਖਿਆ ਕਿ ਮੈਂ ਮਾਈਟ ਵੀ ਤੁਹਾਨੂੰ ਮਾਈਕ ਵਿੱਚੋਂ ਆਵਾਜ਼ ਵੀ ਆ ਗਈ ਹੋਣੀ ਕੀਬੋਰਡ ਦੀ, ਮੈਂ ਉਹਨੂੰ ਜ਼ੋਰ ਜ਼ੋਰ ਦੀ ਪ੍ਰੈਸ ਕਰਨ ਦਿਆ ਸੀਗਾ, ਅਤੇ ਉਹਨੇ ਜਦੋਂ ਇੱਕੇਦਮ ਇਨਲਾਰਜ ਕਰਕੇ ਨੰਬਰ ਦਿਖਾਏ ਤਾਂ ਉਹਨੇ ਆਪਾਂ ਨੂੰ ਦਿਖਾਤਾ 152, ਠੀਕ ਹੈ। ਜੇ ਇੱਥੋਂ ਤੁਹਾਡਾ ਸ਼ੱਕ ਨਹੀਂ ਨਿਕਲਦਾ, ਤੁਸੀਂ ਇਹਨੂੰ ਜ਼ੂਮ ਕਰਨਾ, ਤੁਸੀਂ ਇੱਥੇ ਦੇਖੋਗੇ ਪਰਫੈਕਟਲੀ ਉਹ ਲਾਈਨ ਦੇ ਨਾਲ ਅਲਾਈਨ ਹੋ ਗਿਆ, ਠੀਕ ਹੈ। ਇੱਥੇ ਆ ਦੇਖੋ, ਅਲਾਈਨ ਆ, ਇੱਕ ਬਾਰ ਜਿੱਥੇ ਐਂਡ ਹੁੰਦੀ ਆ ਉੱਥੇ ਉਹ ਅਲਾਈਨ ਹੋ ਗਿਆ ਟੋਟਲੀ। ਸੋ ਇਹ ਹੁਣ BPM ਦੇ ਅੰਦਰ ਆਪਾਂ ਮੈਟਰਨਮ ਲਾ ਕੇ ਵੀ ਚੈੱਕ ਕਰ ਲੈਂਦੇ ਹਾਂ। ਠੀਕ ਹੈ ਜੀ, ਸੋ ਇਹ ਹੈਲਪ ਕਰਦਾ ਤੁਸੀਂ ਕੋਈ ਵੀ ਡਿਲੇ ਲਾਉਣੀ ਆ, ਕੋਈ ਵੀ ਇਫੈਕਟ ਲਾਉਣਾ ਆ, ਹੈ ਨਾ, ਉੱਧਰ ਵੀ ਟਾਈਮਿੰਗ ਚਾਹੀਦੀ ਹੁੰਦੀ ਆ। ਸੋ ਤੁਹਾਡਾ ਸੈਂਪਲ ਜਿਹੜਾ ਉਹ ਵਿਦ ਇਨ ਅ ਟਾਈਮ ਹੋਣਾ ਬਹੁਤ ਜ਼ਰੂਰੀ ਆ, ਠੀਕ ਹੈ, ਤਾਂ ਹੀ ਤੁਹਾਡਾ ਸਿੰਗਰ ਫਲੋ ਫੜ ਸਕੂਗਾ, ਤਾਂ ਹੀ ਉਹ ਵਧੀਆ ਗਾਣਾ ਗਾ ਸਕੂਗਾ। ਓਕੇ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ, ਪਲੀਜ਼ ਕਾਪੀ ਪੈਨ ਲੈ ਲਓ, ਨੋਟਸ ਬਣਾਈ ਚੱਲੋ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹੀ ਜਾਂਦਾ ਹਾਂ, ਅਤੇ ਵੀਡੀਓ ਪੂਰੀ ਦੇਖਿਓ, ਨਹੀਂ ਤਾਂ ਤੁਹਾਨੂੰ ਕੁਛ ਸਮਝ ਨਹੀਂ ਆਉਣਾ, ਫਿਰ ਮੈਨੂੰ ਨਹੀਂ ਕਮੈਂਟ 'ਚ ਕਹਿਣਾ ਵੀ ਆਹ ਹੋ ਗਿਆ, ਆਹ ਹੋ ਗਿਆ, ਆਹ ਸਮਝ ਨਹੀਂ ਆਇਆ, ਆਹ ਚੀਜ਼ਾਂ ਰਹਿ ਗਈਆਂ। ਹਾਂ, ਜਿੱਥੇ ਤੁਹਾਨੂੰ ਡਾਊਟ ਆਉਂਦਾ ਆ, ਤੁਸੀਂ ਕਹਿੰਦੇ ਵੀ ਦੁਬਾਰਾ ਸਮਝਣਾ ਆ, ਉਹ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਨਾ ਆ, ਫਿਰ ਉਹ ਆਪਾਂ ਡਾਊਟ ਕਲੀਅਰ ਕਰਾਂਗੇ, ਠੀਕ ਹੈ। ਅਤੇ ਹੁਣ ਆਪਾਂ ਦੇਖਦੇ ਹਾਂ ਆਪਣਾ ਇੱਕ ਮਹੱਤਵ, ਇਹ ਜਿਹੜਾ BPM ਸੈੱਟ ਕੀਤਾ ਇਹਦਾ ਚੌਪਿੰਗ ਦੇ ਅੰਦਰ, ਚੌਪਿੰਗ ਇਨ ਦਾ ਸੈਂਸ ਬਹੁਤ ਤਰੀਕਿਆਂ ਨਾਲ ਹੁੰਦੀ ਆ, ਆਪਾਂ ਅੱਗੇ ਸਿੱਖਾਂਗੇ, ਬਟ ਬੇਸਿਕ ਲੈਵਲ ਦੀ ਜਿਹੜੀ ਚੌਪਿੰਗ ਆਪਾਂ ਇੱਥੇ ਦੇਖਾਂਗੇ। ਤੁਸੀਂ ਕੀ ਕਰਨਾ, ਸੀ ਦੱਬੋਗੇ ਇਹਨੂੰ ਹਟਾ ਕੇ, ਦੋਵੇਂ ਚੀਜ਼ਾਂ ਨੂੰ ਸੀ ਦੱਬੋਗੇ, ਠੀਕ ਹੈ। ਤੁਹਾਡੇ ਕੋਲ ਕੱਟ ਟੂਲ ਆ ਗਿਆ, ਇਹ ਸਾਰੇ ਬਟਨਸ ਵਗੈਰਾ ਕਿਵੇਂ ਚੱਲਣੇ ਆ ਮੈਂ ਪਹਿਲੇ ਲੈਕਚਰਾਂ ਦੇ ਵਿੱਚ ਐਕਸਪਲੇਨ ਕੀਤੇ ਆ, ਪਹਿਲੇ 'ਚ ਮਤਲਬ ਫਸਟ ਲੈਕਚਰ ਹੀ ਸੀਗਾ, ਪਲੀਜ਼ ਜਾ ਕੇ ਜ਼ਰੂਰ ਦੇਖਿਓ ਉਹਨੂੰ, ਠੀਕ ਹੈ। ਹੁਣ ਤੁਸੀਂ ਦੇਖ ਰਹੇ ਹੋ ਮੈਂ ਇਹਨਾਂ ਨੂੰ ਸਿਮੈਟ੍ਰੀਕਲੀ ਕੱਟ ਕਰੀ ਜਾਂਦਾ ਹਾਂ, ਕੱਟ ਹੋ ਗਏ, ਆਪਾਂ ਦੁਬਾਰਾ B ਦੱਬਾਂਗੇ, ਆਪਣੇ ਕੋਲ ਬ੍ਰਸ਼ ਟੂਲ ਆ ਗਿਆ। ਹੁਣ ਇੱਥੋਂ ਮੈਂ ਰੈਂਡਮਲੀ ਕੋਈ ਵੀ ਚੁੱਕ ਕੇ
ਐਵੇਂ ਅਰੇਂਜ ਕਰਦਾ ਹਾਂ, ਦੇਖਦੇ ਹਾਂ ਕੀ ਨਵੀਂ ਮੈਲੋਡੀ ਬਣਦੀ ਹੈ ਆਪਣੇ ਕੋਲ, ਹੈ ਨਾ। ਆਪਣੇ ਕੋਲ ਆ ਚਾਰ ਬਾਰ ਦਾ ਆ ਗਿਆ, ਸੁਣਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਧਰੋਂ ਕੋਈ ਲਾ ਦਿੰਦੇ ਹਾਂ ਚੁੱਕ ਕੇ, ਜਾਂ ਇਹਨੂੰ ਇੱਥੇ ਡਬਲ ਕਰ ਦਿੰਦੇ ਹਾਂ ਐਵੇਂ ਕਰਕੇ, ਅਤੇ ਇਹਨੂੰ ਇੱਥੇ ਲਾ ਦਿੰਦੇ ਹਾਂ, ਦੇਖਦੇ ਹਾਂ ਕੀ ਬਣਦਾ। ਠੀਕ ਹੈ ਜੀ, ਸੋ ਇੱਦਾਂ ਆਪਾਂ ਇੱਕ ਮੈਲੋਡੀ ਦੇ ਅੰਦਰੋਂ ਨਵੀਂ ਮੈਲੋਡੀ ਕ੍ਰੀਏਟ ਕਰ ਸਕਦੇ ਹਾਂ। ਜਸਟ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਬੇਸਿਕ ਤਰੀਕੇ ਦੇ ਨਾਲ, ਅੱਗੇ ਪ੍ਰੋਫੈਸ਼ਨਲ ਤਰੀਕੇ ਨਾਲ ਕਿਵੇਂ ਹੋਣਾ ਆ ਆਪਾਂ ਅਗਲੇ ਲੈਕਚਰ ਦੇ ਅੰਦਰ ਜ਼ਰੂਰ ਸਿੱਖਾਂਗੇ। ਇਹਦੇ ਨਾਲ ਕੀ ਇਸ਼ੂ ਆਉਂਦਾ, ਮਤਲਬ ਇਸ਼ੂ ਨਹੀਂ, ਵਧੀਆ ਤਰੀਕਾ ਕੀ ਆਉਂਦਾ ਹੁੰਦਾ ਇਹਦੇ ਨਾਲ, ਕਿ ਕੋਈ ਵੀ ਬੰਦਾ ਜਿਹੜਾ ਜਿਹਦਾ ਵੀ ਸੈਂਪਲ ਹੋਊਗਾ ਆਈ ਡੋਂਟ ਨੋ ਕਿਹਦਾ ਆ, ਠੀਕ ਹੈ, ਮੈਨੂੰ ਐਵੇਂ ਬਰਾਊਜ਼ ਕਰਦੇ ਨੂੰ ਲੱਭਿਆ ਸੀਗਾ, ਉਹ ਬੰਦੇ ਨੂੰ ਇਹ ਨਹੀਂ ਹੋਊਗਾ ਵੀ ਇਹਨੇ ਐਗਜ਼ੈਕਟ ਸੇਮ ਸੈਂਪਲ ਚੁੱਕ ਕੇ ਯੂਜ਼ ਕਰ ਲਿਆ, ਉਹ ਇੱਦਾਂ ਹੁੰਦਾ ਵੀ ਕਾਪੀ ਕਰ ਲਈ, ਹੈ ਨਾ। ਆਲਰਾਈਟ, ਇਹਦੇ ਨਾਲ ਕੀ ਹੋ ਜਾਂਦਾ ਆ ਕਿ ਆਪਣਾ ਜਿਹੜਾ ਸੈਂਪਲ ਜਿਹੜਾ ਆਪਾਂ ਯੂਜ਼ ਕੀਤਾ ਉਹ ਇੱਕ ਤਾਂ ਡਿਫਰੈਂਟ ਹੋ ਗਿਆ, ਇੱਕ ਆਪਾਂ ਆਪਣੀ ਕ੍ਰੀਏਟੀਵਿਟੀ ਦਿਖਾਤੀ, ਹੈ ਨਾ। ਇੱਥੋਂ ਤੁਸੀਂ ਕੋਈ ਵੀ ਸੈਂਪਲ ਮੇਕ ਐਜ਼ ਯੂਨੀਕ ਕਰਕੇ, ਥੋੜ੍ਹੀ ਵੇਟ ਕਰੋ, ਇੱਥੇ ਆਪਾਂ ਸੇਵ ਕਰਕੇ ਪਾਰਟ 1 ਲਿਖਿਆ ਆ ਗਿਆ, ਇਹਨੂੰ ਆਪਾਂ ਰਿਵਰਸ ਵੀ ਕਰ ਸਕਦੇ ਹਾਂ। ਰਿਵਰਸ ਕਰਤਾ, ਸੁਣਦੇ ਹਾਂ ਕੀ ਬਣਿਆ, ਹੈ ਨਾ। ਹੁਣ ਇਹ, ਚਲੋ ਇਹ ਚੀਜ਼ ਟਾਈਮ ਲਾ ਕੇ ਹੁੰਦੀ ਆ, ਆਪਣੇ ਕੋਲ ਟਾਈਮ ਦੀ ਸ਼ੋਰਟੇਜ ਆ, ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ, ਆਪਣੀ ਕ੍ਰੀਏਟੀਵਿਟੀ ਦਿਖਾ ਸਕਦੇ ਹੋ। ਠੀਕ ਹੈ, ਇਹ ਸਾਰਾ ਕੁਝ ਕਿਵੇਂ ਹੁੰਦਾ ਆ ਤੁਹਾਨੂੰ ਮੈਂ ਇੱਕ ਹੋਰ ਜਲਵਾ ਦਿਖਾਉਣਾ, ਥੋੜ੍ਹਾ ਜਿਹਾ ਰਿਵਰਸ ਕੀਤਾ ਸੀ ਨਾ, ਪੂਰੀ ਪਿੱਚ ਡਾਊਨ ਕਰ ਦਿੰਦੇ ਹਾਂ, ਇਹ ਸੁਣਿਓ। ਠੀਕ ਹੈ, ਅਤੇ ਵਿੱਚ ਜਿਹੜੀ ਕਲਿੱਕ ਦੀ ਸਾਊਂਡ ਆ ਰਹੀ ਹੈ, ਇੱਕ ਜਿੱਥੇ ਆਪਾਂ ਕੱਟ ਲਾਇਆ ਉਹਨੂੰ ਹਟਾਉਣ ਦੇ ਲਈ ਤੁਸੀਂ ਇੱਥੇ ਜੈਨਰਿਕ ਕਰ ਦਿਓ। ਜੇ ਹਜੇ ਵੀ ਆ ਰਹੀ ਹੈ ਤਾਂ ਇਹਨੂੰ ਇੱਧਰ ਨੂੰ ਲੈ ਜਾਓ, ਥੋੜ੍ਹਾ ਜਿਹਾ ਇਹਨੂੰ ਇੱਧਰ ਨੂੰ ਲੈ ਜਾਓ, ਤੁਸੀਂ ਦੇਖੋਗੇ ਸਮੂਦ ਕੱਟ ਹੋਣ ਦਿਆ, ਹੈ ਨਾ। ਜੈਨਰਿਕ ਦੇਖਿਓ ਹੁਣ ਮਾੜਾ ਜਿਹਾ, ਇਹ ਆ ਗਿਆ, ਇਹਨੂੰ ਇੱਧਰ ਇੱਥੋਂ ਵੇਖਿਓ, ਹੁਣ ਉਹ ਜਿਹੜੀ ਕਲਿੱਕ ਦੀ ਸਾਊਂਡ ਨਹੀਂ ਆਈ ਜਿਹੜੀ ਹਾਇਸ ਦੇ ਅੰਦਰ ਆਉਂਦੀ ਸੀ। ਠੀਕ ਹੈ ਜੀ, ਸੋ ਇਹਦੇ ਅੰਦਰ ਹੁਣ ਆਪਣਾ ਬਣ ਗਿਆ, ਆਪਾਂ ਦੇਖ ਸਕਦੇ ਹਾਂ ਕੋਈ ਡੀ ਮਾਈਨਰ ਦੇ ਅੰਦਰ ਆ। ਇਹਦੇ ਨਾਲ ਜੇ ਆਪਾਂ ਕੋਈ ਮੈਲੋਡੀ ਲਾਉਣੀ ਆ ਉਹ ਵੀ ਨਾਲ ਦੇ ਨਾਲ ਹੀ ਅਲਾਈਨ ਹੋ ਜੂਗੀ। ਫੋਰ ਐਗਜ਼ਾਮਪਲ ਇੱਥੇ ਆਪਾਂ ਲੈਂਦੇ ਹਾਂ ਇੱਕ ਕੀਜ਼, ਐਫ ਐਲ ਕੀਜ਼, ਠੀਕ ਹੈ, ਪੈਟਰਨ ਲੈਂਦੇ ਹਾਂ ਨਵਾਂ, ਇਹ ਪੈਟਰਨ ਦੇ ਅੰਦਰ ਕੀਜ਼ ਕਿਵੇਂ ਲਾਉਣੀ ਆ ਮੈਂ ਸਾਰਾ ਕੁਝ ਪਹਿਲਾਂ ਐਕਸਪਲੇਨ ਕਰਤਾ ਆ, ਉੱਥੇ ਜਾ ਕੇ ਦੇਖੋ, ਹੁਣ ਮੈਂ ਕੁਛ ਨਹੀਂ ਦੱਸਣਾ। ਠੀਕ ਹੈ, ਤੁਸੀਂ ਫਿਰ ਪੁਰਾਣੇ ਦੇਖਦੇ ਨਹੀਂ, ਇੱਥੇ ਵੀਰੇ ਦੱਸ ਦਿਉ, ਵੀਰੇ ਦੱਸ ਦਿਉ, ਉਹ ਗੱਲਾਂ ਠੀਕ ਨਹੀਂ ਹੁੰਦੀਆਂ। ਆਪਾਂ ਕੋਡ ਬਣਾ ਲੈਂਦੇ ਹਾਂ ਇੱਕ ਬੇਸਿਕ ਜੀ, ਇੱਕ ਇੱਥੇ ਲਾ ਦਿੰਦੇ ਹਾਂ। ਠੀਕ ਹੈ ਜੀ, ਸੋ ਇਹਨਾਂ ਨੂੰ ਜੇ ਆਪਾਂ ਇੱਥੋਂ ਕੱਟ ਕਰਨਾ ਹੋਵੇ ਆਪਾਂ ਪੈਟਰਨ ਵੀ ਕੱਟ ਕਰ ਸਕਦੇ ਹਾਂ, ਠੀਕ ਹੈ, ਨਹੀਂ ਤਾਂ ਆਪਾਂ ਇੱਥੋਂ ਕੱਟ ਕਰਕੇ ਪੈਟਰਨ ਨੂੰ ਵੀ ਚੌਪ ਕਰਕੇ ਇੱਧਰ ਉੱਧਰ ਲਾ ਸਕਦੇ ਹਾਂ। ਠੀਕ ਹੈ ਜੀ, ਇੱਥੇ ਤੁਸੀਂ ਵੇਖਿਓ ਐਵੇਂ ਹੋ ਗਿਆ, ਹੁਣ ਆਪਾਂ ਇਹ ਪੈਟਰਨ ਇੱਥੇ ਲਾਤਾ, ਇਹਨੂੰ ਇੱਥੇ ਲਾ ਦਿੱਤਾ, ਸੁਣਿਓ। ਠੀਕ ਹੈ, ਸੋ ਇਹ ਸਾਰੇ ਕੰਮਾਂ ਦੇ ਅੰਦਰ ਜਿਹੜਾ ਆਪਣਾ ਮੈਟਰੋਨਾਮ ਆ, ਬੀ ਪੀ ਐਮ ਆ ਜਾਂ ਟੈਂਪੋ ਆ, ਇਹ ਤਿੰਨੇ ਚੀਜ਼ਾਂ ਬਹੁਤ ਕੰਮ ਆਉਂਦੀਆਂ। ਠੀਕ ਹੈ, ਸੋ ਇੱਥੇ ਤੁਸੀਂ ਬਹੁਤ ਸਾਰੀਆਂ ਆਪਸ਼ਨਸ ਆ, ਇਹ ਮੈਂ ਪਹਿਲਾਂ ਵੀ ਐਕਸਪਲੇਨ ਕੀਤੀਆਂ ਆ, ਜੇ ਐਵੇਂ ਨਹੀਂ ਲੱਭਣਾ ਬਿਲਕੁਲ ਹੀ ਐਵੇਂ ਬੇਸਿਕ ਤੋਂ ਸਟਾਰਟ ਕਰਨ ਦੇ ਹੋ, ਹੈ ਨਾ, ਤਾਂ ਤੁਸੀਂ ਇੱਥੋਂ ਆਪਣਾ ਕੋਈ ਵੀ ਪ੍ਰੈਫਰਡ ਟੈਂਪੋ ਲਾ ਸਕਦੇ ਹੋ, ਜਿਹਦੇ ਨਾਲ ਤੁਸੀਂ ਆਪਣਾ ਸਾਰਾ ਕੁਛ ਰੱਖ ਕੇ ਪੈਟਰਨ ਵਗੈਰਾ, ਅਤੇ ਇਹ ਐਵੇਂ ਪੈਟਰਨ ਵਗੈਰਾ ਰੱਖ ਕੇ ਆਪਣਾ ਕੋਈ ਵੀ ਵੋਕਲ ਵਗੈਰਾ ਰਿਕਾਰਡ ਕਰ ਸਕਦੇ ਹੋ। ਜੇ ਮੈਂ ਤੁਹਾਨੂੰ ਇੱਥੇ ਲਾ ਕੇ ਦਿਖਾਵਾਂ, ਇਸੇ ਪੈਟਰਨ ਦੇ ਅੰਦਰ ਲਾਉਣਾ, ਚਲੋ ਇੱਥੇ ਆਪਾਂ ਪੈਟਰਨ ਦੇ ਅੰਦਰ ਚੱਲ ਜਾਂਦੇ ਹਾਂ, ਤਾਂ ਆਪਾਂ ਐਂ ਕਰਦੇ ਹਾਂ, ਹਾਈ ਹੈਟਸ ਥੋੜ੍ਹੀ ਛੋਟੀ ਕਰ ਦਿੰਦੇ ਹਾਂ, ਠੀਕ ਹੈ, ਥੋੜ੍ਹੀ ਜਿਹੀ ਇਹਦੀ ਪਿੱਚ ਵਧਾ ਦਿੰਦੇ ਹਾਂ, ਠੀਕ ਹੈ, ਇੱਥੋਂ ਆਪਾਂ ਲਾਉਂਦੇ ਸਨੇਅਰ, ਠੀਕ ਹੈ, ਇੱਥੋਂ ਪੈਟਰਨ 'ਤੇ ਕਰ ਦਿੰਦੇ ਹਾਂ ਆਪਾਂ, ਸੋ ਇੱਦਾਂ ਕਰਕੇ ਤੁਸੀਂ ਇੱਥੇ ਆਪਣੇ ਡਰਮ ਪੈਟਰਨ ਜਾਂ ਕਿਸੇ ਵੀ ਸੈਂਪਲ ਦੇ ਨਾਲ ਕੋਈ ਵੀ ਚੀਜ਼ ਸਪੀਡ ਦੇ ਨਾਲ ਮੈਚ ਕਰ ਸਕਦੇ ਹੋ, ਜਸਟ ਬਿਕ ਵਿਦ ਦ ਹੈਲਪ ਆਫ ਟੈਂਪੋ, ਹੈ ਨਾ। ਜੇ ਤੁਸੀਂ ਸਹੀ ਬੀ ਪੀ ਐਮ ਲੱਭਿਆ ਹੋਊਗਾ ਤਾਂ ਤੁਹਾਡਾ ਸਾਰਾ ਕੁਛ ਇੱਕ ਲਿਮਿਟ ਦੇ ਅੰਦਰ, ਇੱਕ ਸਪੀਡ ਦੇ ਅੰਦਰ ਅਲਾਈਨ ਹੋਊਗਾ। ਠੀਕ ਹੈ ਜੀ, ਸੋ ਜੇ ਵੀਡੀਓ ਦੇ ਵਿੱਚੋਂ ਕੁਛ ਸਿੱਖਣ ਨੂੰ ਮਿਲਿਆ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸਿਓ ਜੇ ਕੋਈ ਵੀ ਕੁਐਰੀ ਆ ਤੁਹਾਡੀ, ਠੀਕ ਹੈ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਜੇ ਕਿਸੇ ਨੇ ਗਾਣਾ ਵਾਣਾ ਬਣਵਾਉਣਾ ਮੈਨੂੰ ਮੇਰੇ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਸਕਦਾ ਆ, ਨਹੀਂ ਤਾਂ
ਤੁਹਾਨੂੰ ਮੇਰਾ ਨੰਬਰ ਮਿਲ ਜੂਗਾ ਥੱਲੇ ਕਮੈਂਟ ਵਿੱਚੋਂ ਜਾਂ ਮੇਰੇ ਇੰਸਟਾਗ੍ਰਾਮ ਤੋਂ ਤੁਸੀਂ ਮੈਨੂੰ ਉੱਤੇ ਕਾਲ ਕਰ ਸਕਦੇ ਹੋ। ਜੇ ਕੋਈ ਵੀ ਕੁਐਰੀ ਆ ਇੰਸਟਾਗ੍ਰਾਮ 'ਤੇ ਡੀ ਐਮ ਕਰੋ, ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਵਿਦ ਇਨ ਅ ਵੀਕ। ਠੀਕ ਹੈ ਜੀ, ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਿੱਖਦੇ ਰਹੋ, ਬਣਾਉਂਦੇ ਰਹੋ ਅਤੇ ਆਪਾਂ ਛੇਤੀ ਕੋਰਸ ਕੰਪਲੀਟ ਕਰ ਲਵਾਂਗੇ।